ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਦਿਨ ਜਿਹੜਾ ਬੜਾ ਹੈਗਾ, ਬੜਾ ਵਧੀਆ ਦਿਨ ਹੈ। ਸਾਰਾ ਜੋ ਆਪਣਾ ਐਬਸਪੋਰਟ ਪਿੰਡ ਹੈ, ਮੈਂ ਤਾਂ ਪਿੰਡ ਕਹੂੰਗਾ ਕਿਉਂਕਿ ਪਹਿਲਾਂ ਤੋਂ ਇੱਕ ਪਿੰਡ ਆ ਜਦੋਂ ਤੋਂ ਮੈਂ ਆਇਆ ਸੀ, ਹੁਣ ਡਿਵੈਲਪ ਹੋ ਕੇ ਵੱਡਾ ਸ਼ਹਿਰ ਬਣ ਗਿਆ। ਸੋ ਮੈਂ ਬੇਨਤੀ ਕਰਦਾ ਹਾਂ ਕਿ ਬਾਹਰ ਆਓ, ਬੱਚਿਆਂ ਨੂੰ ਲੈ ਕੇ ਆਓ। ਮੇਲਾ ਲੱਗਾ ਇੱਧਰ ਬਾਈ ਜੀ, ਕਰਨ ACC ਜਵੈਲਰ ਵਾਲੇ ਨੇ। ਇਹ ਮੁੰਡਾ ਬੜਾ ਨਿੱਘੇ ਸੁਭਾਅ ਦਾ, ਵਧੀਆ ਡੀਲ ਦਿੰਦਾ, ਬਹੁਤ ਲੰਮੇ ਸਮੇਂ ਤੋਂ ਐਕਸਪੀਰੀਅੰਸ ਹੈਗਾ ਸੋਨੇ ਦੇ ਬਿਜ਼ਨਸ ਦੇ ਵਿੱਚ। ਅਤੇ ਮੈਂ ਗਰੰਟੀ ਕਰਦਾ ਵੀ ਟਾਊਨ ਦੇ ਵਿੱਚੋਂ ਬੈਸਟ ਡੀਲ ਆ, ਜੇ ਲੈਣੀ ਹੈ ਤਾਂ ਤੁਸੀਂ ACC ਜਵੈਲਰ ਸੀਡਰ ਪਾਰਕ ਪਲੇਸ ਜ਼ਰੂਰ ਆਉਣਾ, ਤੁਹਾਨੂੰ ਵਧੀਆ ਡੀਲ ਦਿਓ। ਬਹੁਤ ਸਾਰਾ ਪਰਿਵਾਰ ਨਿੱਘਾ ਸੁਭਾਅ ਹੈ, ਪਰਿਵਾਰ ਨੂੰ ਮੈਂ ਚੰਗੇ ਚਿਰਾਂ ਤੋਂ ਜਾਣਦਾ। ਸੋ ਇਸ ਕਰਕੇ ਵੀ ਮੈਂ ਬੇਨਤੀ ਕਰਦਾ ਵੀ ਸਾਰੇ ਇੱਧਰ ਆਉਣ ਅਤੇ ਆ ਕੇ ਇੱਥੇ ਦਰਸ਼ਨ ਕਰਨ। ਅਤੇ ਜਿਹੜਾ ਇੱਕ ਹੋਰ ਇਹਨਾਂ ਦੀ ਖਾਸੀਅਤ ਹੈ ਜਿਹੜੀ ਮੈਂ ਤੁਹਾਨੂੰ ਯਾਦ ਕਰਾਉਣਾ, ਫ੍ਰੀ ਪਕੌੜੇ, ਫ੍ਰੀ ਚਾਹ ਅਤੇ ਫ੍ਰੀ ਜਲੇਬੀਆਂ, ਬੈਗਰ ਰੱਜ ਕੇ ਜਿੰਨੀਆਂ ਮਰਜ਼ੀ ਖਾ ਲਓ। ਸੋ ਇਸ ਕਰਕੇ ਮੈਂ ਕਹਿੰਦਾ ਵੀ ਆ ਜਾਓ। ਵੈਸੇ ਸਾਰੇ ਥਾਈਂ ਦੁਕਾਨਾਂ ਚੱਲਦੀਆਂ, ਜੋ ਕੁਛ ਚੱਲਦੀਆਂ। ਜਿਹੜਾ ਇਹਨਾਂ ਨੇ ਪਹਿਲੀ ਵਾਰੀ ਆਹ ਕੰਮ ਕੀਤਾ, ਮੈਂ ਹਿਸਟਰੀ ਲਿਖਦਾ ਹੁੰਦਾ, ਇਹਨਾਂ ਦਾ ਕਿਤੇ ਜ਼ਿਕਰ ਆਊਗਾ ਵੀ ਜੇ ਸੀਡਰ ਪਾਰਕ ਦੇ ਵਿੱਚ ਫ੍ਰੀ ਪਕੌੜੇ ਅਤੇ ਫ੍ਰੀ ਜਲੇਬੀਆਂ ਅਤੇ ਫ੍ਰੀ ਚਾਹ ਪਾਣੀ ਲਾਇਆ ਅਤੇ ਵੀਰ ਜੀ ਘਰ ਉਹਨਾਂ ਨੇ ਲਾਇਆ, ਅਤੇ ਮੈਂ ਇਹਨਾਂ ਨੂੰ ਸ਼ਾਬਾਸ਼ ਦਿੰਦਾ ਬਈ ਬਹੁਤ ਵਧੀਆ ਨੇਕ ਸੋਚਣੀ ਹੈ। ਅਤੇ ਇਸ ਕਰਕੇ ਰਲ ਮਿਲ ਕੇ ਜਿਹੜਾ ਹੈਗਾ ਵੀ ਆਈਂ ਆਪਣਾ ਚੱਲਦਾ ਰਹਿੰਦਾ, ਭਰਾ ਵਰਗਾ ਮਾਹੌਲ ਹੈ, ਪਰਿਵਾਰ ਵਰਗਾ, ਸਾਡੇ ਬੱਚੇ ਵਰਗਾ। ਸੋ ਇਸ ਕਰਕੇ ਹੈਪੀ ਦਿਵਾਲੀ, ਇਹ ਹੈਪੀ ਦਿਵਾਲੀ ਦਾ ਮੈਨੂੰ ਗਿਫਟ ਦੇ ਰਹੇ ਨੇ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਇਹਨਾਂ ਦੇ ਸਾਰੇ ਪਰਿਵਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਉੱਦਮ ਕਰਕੇ ਐਂ ਪੂਰਾ ਸਮੇਂ ਦੇ ਮੁਤਾਬਕ ਜਿਹੜਾ ਸਾਰੇ ਕਮਿਊਨਿਟੀ ਨੂੰ ਯਾਦ ਕੀਤਾ, ਚਾਹ ਪਕੌੜੇ ਅਤੇ ਜਲੇਬੀਆਂ ਖਵਾ ਕੇ ਅਤੇ ਮੈਨੂੰ ਵੀ ਯਾਦ ਕੀਤਾ, ਅਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਜੀ। ਇਸ ਤਰ੍ਹਾਂ ਦੇ ਸੋਹਣੇ ਮੇਲੇ, ਸੋਹਣੇ ਟਾਈਮ ਤੁਹਾਡੇ 'ਤੇ ਸਦਾ ਆਉਂਦੇ ਰਹਿਣ, ਤੁਸੀਂ ਕਮਿਊਨਿਟੀ ਦੀ ਵੱਧ ਤੋਂ ਵੱਧ ਸੇਵਾ ਕਰਦੇ ਰਹੋ।